ਇਹ ਪੇਟੀ ਇਹ ਵੀ ਪੁਰਾਣੀ ਇਹ ਜੀ ਪੁਰਾਣੇ ਤਾਲੇ ਲੱਗੇ ਉਸ ਹਿੰਦੂ ਫੈਮਿਲੀ ਦੇ ਹੱਥਾਂ ਦੇ ਜਿਨ੍ਹਾਂ ਨੂੰ ਪਤਾ ਸੀ ਅਸੀਂ ਵਾਪਸ ਆ ਜਾਣਾ ਇਹ ਤਾਲੇ ਦੇਖੋ ਉਹੀ ਪੁਰਾਣਾ ਪੇਟੀ ਨੂੰ ਤਾਲਾ ਲਾ ਗਏ ਸਨ ਬਹੁਤ ਰਈਸ ਫੈਮਿਲੀ ਸੀ ਹਿੰਦੂ ਫੈਮਿਲੀ ਜਿਹੜੀ ਰਹਿ ਰਹੀ ਸੀ ਇਸ ਘਰ ਦੇ ਅਤੇ ਆਹ ਨਲਕਾ ਵੀ ਪੁਰਾਣਾ ਲੱਗਿਆ ਅਤੇ ਆਹ ਸੰਦੂਕੜੀ ਇੱਕ ਓਏ ਹੋਏ ਤੁਸੀਂ ਹਾਲਤ ਵੀ ਦੇਖ ਲਓ ਇਹ ਬਜ਼ੁਰਗਾਂ ਨੇ ਦੱਸਿਆ ਕਿ ਇਹ ਵੀ ਉਦੋਂ ਦੀ ਹੀ ਇੱਥੇ ਪਈ ਹੈ 1947 ਦੀ ਜਦੋਂ ਪਾਰਟੀਸ਼ਨ ਹੋਈ ਹੈ ਅੱਛਾ ਇਹ ਜਨਾਬ ਇਹ ਵੀ ਸਮਾਨ ਉਹੋ ਹੀ ਪੁਰਾਣਾ ਪਿਆ ਪੁਰਾਣੀਆਂ ਕੁਰਸੀਆਂ ਕੈਪ ਕਹਿੰਦੇ ਸੀ ਲੂਣ ਮਿਰਚਾਂ ਵਗੈਰਾ ਇਹ ਰੱਖਣ ਵਾਸਤੇ ਓਏ ਹੋਏ 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 75 ਸਾਲ ਤੋਂ ਬੰਦ 1947 ਦੀ ਵੰਡ ਹੋਈ ਪਾਰਟੀਸ਼ਨ ਹੋਈ ਤੇ ਇਹ ਸਾਰਾ ਕੁਝ ਹੋ ਦਿੰਦਾ ਇੱਕ ਇਹ ਕਮਰਾ ਤੇ ਘੜੇ ਰੱਖਦੇ ਹੁੰਦੇ ਸੀ ਇਹ ਬਾਹਰ ਰੱਖ ਕੇ ਨਾ ਇਹ ਹੋਈ ਅਸੀਂ ਤਾਂ ਸਾਈਡ ਤੇ ਲਾਇਆ ਨਾ ਆਹੋ ਉਹ ਘੜੇ ਇਹਦੇ ਤੇ ਘੜੇ ਪਾਣੀ ਵਾਲੇ ਪਾਣੀ ਵਾਲੇ ਚਾਰ ਘੜੇ ਆ ਜਾਂਦੇ ਬਣ ਰਹੀ ਇਹ ਦੇਖੋ ਘੜਾ ਰੱਖਣ ਵਾਸਤੇ ਕੜਵੰਜ ਕੜਵੰਜੀ ਇਹਨੂੰ ਆਉਂਦੇ ਸਨ ਇਹ ਚੈਨਕ ਜਿਹੜਾ ਵੇਖੋ ਇੱਟਾਂ ਖੁਰ ਖੁਰ ਕੇ ਮਿੱਟੀ ਆਈ ਵਿੱਚ ਤੁਹਾਨੂੰ ਦੱਸਿਆ ਨਾ ਕਿ ਇਹ ਪਾਕਿਸਤਾਨ ਦੀ ਵੰਡ ਜਦੋਂ ਹੋਈ ਉਸ ਤੋਂ ਬਾਅਦ ਹਵੇਲੀ ਇਸਤੇਮਾਲ ਨਹੀਂ ਹੋਈ ਅਲੋਟ ਤਾਂ ਹੋਈ ਇੱਕ ਫੈਮਿਲੀ ਨੂੰ ਲੇਕਿਨ ਉਹਨਾਂ ਨੇ ਇਸਤੇਮਾਲ ਨਹੀਂ ਇਹਨੂੰ ਕੀਤਾ ਉਦੋਂ ਦੀ ਬੰਦ ਪਈ ਇਸੇ ਲਈ ਸਾਰਾ ਸਮਾਨ ਅੰਦਰ ਪੁਰਾਣਾ ਲਓ ਜੀ ਚੱਲ ਗਈਆਂ ਤੁਸੀਂ ਦੇਖ ਲਈਆਂ ਹੁਣ ਮੁਕੰਮਲ ਵੀਡੀਓ ਦੇਖੇ ਹੋਏ ਤੁਹਾਨੂੰ ਮਜ਼ਾ ਆਏਗਾ ਲਓ ਜੀ ਦੋਸਤੋ ਇਹ ਵਿੱਚ ਚਨਿਓੜ ਦੀ ਇੱਕ ਬਹੁਤ ਵੱਡੀ ਹਵੇਲੀ ਬਿਲਕੁਲ ਮੇਨ ਬਾਜ਼ਾਰ ਦੇ ਵਿੱਚ ਇਹਦੀ ਤੁਹਾਨੂੰ ਸੈਰ ਕਰਾਉਂਦੇ ਹਾਂ ਔਰ ਵੇਖੋ ਤੁਸੀਂ ਕਿ ਉਸ ਦੌਰ ਦਾ ਸ਼ਾਹਕਾਰ ਇਹਦੇ ਵਿੱਚ ਅੱਜ ਵੀ ਪੁਰਾਣਾ ਸਮਾਨ ਪਿਆ ਸੰਦੂਕੜੀਆਂ ਪਈਆਂ ਨੇ ਨਲਕੇ ਲੱਗੇ ਨੇ ਔਰ ਲੱਕੜੀ ਦਾ ਖੂਬਸੂਰਤ ਕੰਮ ਹੋਇਆ ਚਲੋ ਤੁਹਾਨੂੰ ਹਵੇਲੀ ਦੀ ਸੈਰ ਕਰਾਉਂਦੇ ਹਾਂ ਵਾਹ ਜੀ ਵਾਹ ਇਹ ਪੁਰਾਣੇ ਭਾ ਪੁਰਾਣਾ ਹੀ ਹੈ ਕੀ ਆਪ ਵੇਖੋ ਤੇ ਢੰਗ ਆ ਜਾਂਦਾ ਉਹਨਾਂ ਦੇ ਆਵਾਜ਼ ਵਾ ਲੱਗੇ ਦੇਖੋ ਵਿੱਚੋਂ ਇੱਟਾਂ ਨਿਕਲੀਆਂ ਸ਼ੁਰੂ ਹੋ ਗਈਆਂ ਨੇ ਤੇ ਉੱਤੇ ਲਿੰਬਿਆ ਸੀ ਮਿੱਟੀ ਦੇ ਨਾਲ ਇਹ ਲਿੰਬੀਆਂ ਸਨ ਮਿੱਟੀ ਨਾਲ ਤੇ ਇਹ ਜਨਾਬ ਅਲਮਾਰੀਆਂ ਓਏ ਹੋਏ ਹੋਏ ਉਸੇ ਤਰ੍ਹਾਂ ਹੀ ਸਮਾਨ ਜਿੱਥੇ ਜਿੱਥੇ ਕੋਈ ਪਿਆ ਸੀ ਨਾ ਉੱਥੇ ਹੀ ਪਿਆ ਇਹ ਛੱਤਾਂ ਇਹਦੀਆਂ ਜਨਾਬ ਓਰਿਜਨਲ ਇਹ ਜਿਹੜੀ ਫੈਮਿਲੀ ਨੂੰ ਘਰ ਅਲਾਟ ਹੋਇਆ ਸੀ ਨਾ ਉਹ ਇੱਥੇ ਰਹੇ ਨਹੀਂ ਇਸੇ ਲਈ ਇਹ ਜਿਹੜਾ ਸਮਾਨ ਨਾ ਅੱਜ ਉਸ ਹਿੰਦੂ ਫੈਮਿਲੀ ਦਾ ਉਹ ਇੱਥੇ ਮੌਜੂਦ ਹੈਗਾ ਇਹ ਪੁਰਾਣੇ ਪਲੰਗ ਦੇਖੋ ਜੀ ਇਹਨਾਂ ਦੀ ਬਣਾਵਟ ਹੀ ਤੁਸੀਂ ਦੇਖ ਲਓ ਵੱਡੇ ਜਿਹੜੇ ਹੈਗੇ ਨੇ ਮੰਜੀਆਂ ਦੇ ਪਾਵੇ ਇਹ ਕੋਈ ਸਮਾਨ ਇਹਨਾਂ ਦਾ ਨਵਾਂ ਇੱਥੇ ਪਿਆ ਲੇਕਿਨ ਇਹ ਆਤਿਸ਼ਦਾਨ ਪੁਰਾਣਾ ਇਹ ਦੇਖੋ ਜੀ ਇੱਧਰ ਚੱਲਦੇ ਹਾਂ ਹੁਣ ਇਹ ਸਿਹਨਾ ਇਹ ਦੇਖੋ ਜੀ ਕਿਆ ਖੂਬਸੂਰਤ ਲੱਕੜੀ ਦਾ ਕੰਮ ਹੋਇਆ ਚਨਿਓੜ ਵੈਸੇ ਹੀ ਲੱਕੜੀ ਦੇ ਕੰਮ ਤੋਂ ਬੜਾ ਮਸ਼ਹੂਰ ਅਤੇ ਇਹ ਸਿਹਨ ਹੈ ਉਹਦੇ ਤੁਸੀਂ ਦੇਖੋ ਜਿਹੜਾ ਸਿਹਨ ਹੈ ਉੱਤੇ ਬਾਲਕੋ ਵੱਡਾ ਜਿਹੜਾ ਹਾਲ ਬਣਿਆ ਰੋਸ਼ਨਦਾਨ ਅਤੇ ਸਾਈਡਾਂ 'ਤੇ ਕਮਰੇ ਔਰ ਲੱਕੜੀ ਦਾ ਕੰਮ ਤੁਸੀਂ ਦੇਖੋ ਬਹੁਤ ਰਈਸ ਫੈਮਿਲੀ ਸੀ ਹਿੰਦੂ ਫੈਮਿਲੀ ਜਿਹੜੀ ਰਹਿ ਰਹੀ ਸੀ ਇਸ ਘਰ ਦੇ ਅਤੇ ਆਹ ਨਲਕਾ ਵੀ ਪੁਰਾਣਾ ਲੱਗਿਆ ਉਸ ਦੌਰ ਦਾ ਦੇਖੋ ਜੀ ਹੈਂਡਲ 'ਤੇ ਲੱਕੜੀ ਵੀ ਲੱਗੀ ਹੈ ਇਹ ਜਦੋਂ ਲੋਕ ਖੂਹੀਆਂ ਲਾ ਘਰ ਛੱਡਣਾ ਕਿੰਨਾ ਮੁਸ਼ਕਲ ਹੁੰਦਾ ਅੱਛਾ ਇਹ ਜਨਾਬ ਇਹ ਵੀ ਸਮਾਨ ਉਹੋ ਹੀ ਪੁਰਾਣਾ ਪਿਆ ਪੁਰਾਣੀਆਂ ਕੁਰਸੀਆਂ ਅਤੇ ਇਹ ਹੁਣ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਆਹਿਸਤਾ ਆਹਿਸਤਾ ਬਿਲਕੁਲ ਆਪਣੀ ਮੁੱਦਤ ਪੂਰੀ ਕਰ ਚੁੱਕੀ ਹੈ ਦੇਖੋ ਨਾ ਇਹ ਉਹੋ ਹੀ ਨੇ ਕੋਈ ਨਵਾਂ ਚੀਜ਼ ਇੱਥੇ ਨਹੀਂ ਮੌਜੂਦ ਆਏ ਹਾਏ ਵੇਖੋ ਜੀ ਅੱਛਾ ਇਹ ਦੇਖੋ ਅਲਮਾਰੀਆਂ ਓਏ ਹੋਏ 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 75 ਸਾਲ ਤੋਂ ਬੰਦ 1947 ਦੀ ਵੰਡ ਹੋਈ ਪਾਰਟੀਸ਼ਨ ਹੋਈ ਤੇ ਇਹ ਸਾਰਾ ਕੁਝ ਹੋ ਦਿੰਦਾ ਇੱਕ ਇਹ ਕਮਰਾ ਪੁਰਾਣੀਆਂ ਕੁੰਡੀਆਂ ਇਹ ਸਾਹਮਣੇ ਦੇਖੋ ਜੀ ਛੱਤਾਂ ਨੂੰ ਸਮਾਨ ਰੱਖਣ ਵਾਸਤੇ ਉੱਤੇ ਤੇ ਇਹ ਇਸ ਕਮਰੇ ਦੇ ਵਿੱਚ ਵੀ ਇਹ ਬਣੀ ਹੈ ਇਹ ਦੱਸਿਆ ਕਰੋ ਬਜ਼ੁਰਗੋ ਅਗਰ ਕੋਈ ਬਜ਼ੁਰਗ ਹੈ ਨੇ ਤੇ ਇਹ ਕੀ ਕਿਸ ਮਕਸਦ ਲਈ ਬਣੀਆਂ ਨੇ ਚੀਜ਼ਾਂ ਆਏ ਹਾਏ 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 ਅਤੇ ਇਹ ਛੱਤਾਂ ਇੱਕ ਇਹਦੇ ਉੱਤੇ ਵੀ ਸਮਾਨ ਰੱਖਣ ਵਾਸਤੇ ਨਾ ਬਣਾਇਆ ਹੁੰਦਾ ਸੀ ਕੋਟਰੀਆਂ ਹੈਗੀਆਂ ਨੇ
ओरिजिनल जी उस दौर दी चीज़ा अच्छा इस घर दी तुहानू हाल ने मैं पहला घर वेख्या जिहदे विच बहुत सारियां तिजोरी जी ओए वेखो जी अंदर मिट्टी घुण लग लग ईटा का मिट्टी ना भरे ने देखो मिट्टी भरी अंदर अलमारियां इनिया कुछ जैम हो गई कि खुल दिया नहीं प्रॉपर ए देखो मिट्टी आहिस्ता जरा वेखो ईटा खुर खुर के मिट्टी आई बेच तुम दसिया ना कि पाकिस्तान की वंड जो हुई उस तो बाद हवेली इस्तेमाल नहीं हुई अलॉट तो हुई एक फैमिली ने लेकिन उन्होंने इस्तेमाल नहीं किया उदों की बंद पई इस लिए सारा समान अंदर पुराना यह आ गया फिर मैं दोबारा हाल च हम चल लिया अच्छा ए जनाब फटे देखो अच्छा ए खवातीन तो मेरे हाल बहदियाँ होनी ने या जो भी इस जिस परपज लिए बने ने वो मौजूद ने सेहन दे वेच ना ते ए आ गया जनाब इतने कमरे हुण इस साइड ते भी ने पुरानी अलमारी लोहे दी कुर्सियां नवीं ने अलमारी पुरानी है ते ए बटन जी बिजली का उस दौर का लग्या कोई पुराना पता नहीं किस तरह बिजली इस्तेमाल करते सन इतने ए ट्यूब लगी ते ए जनाब आ गया अंदर ओए हो अच्छा ए छोटा जा एक रैक है अलमारी समझ लो डोली जी समझ लो अच्छा ए की है जी अलमारी पिंजरी कैप कहते लून मर्चा वगैरह रखने वास्ते अच्छा डोली टाइप छोटी जी डोंगे डूंगे बेच रख ले डोली टाइप मैं फोन वाह जी वाह ए भी जी 1947 तो पहला दी लग गई पहले दी ए देखो जी समान सारा अंदर पिया हाले भी क्या बात है जी ए भी मेरे हाले ओ ही ओदो ही नहीं है मनिया छलिया ए बिल्कुल ओ ही इसलिए कि ए देखो तुसी हां ए जड़ा ना गल सड़ गया ते ए जड़ा ने ओ तो नहीं इते उते घड़े रखदे हुंदे सी ए बाहर रख के ना ए होई दा सी ता साइड ते लाया ना आहो घड़े इते उते घड़े पानी वाले चार घड़े आ जांदे सी वाई वाह क्या बात है ते ए देखो ए ओ ही बटन पुराने उस तौर ते ते ए देखो लकड़ थल्ले सी ईटा ਤੇ ਉੱਤੇ ਲਿਬਿਆ ਠੰਡਾ ਰਹੇ ਕਮਰਾ ਓਏ ਹੋਏ ਹੋਏ ਅੱਛਾ ਇਹ ਵੀ ਇੱਕ ਤਿਜੋਰੀ ਹੈ ਤਿਜੋਰੀ ਟਾਈਪ ਤੇ ਇਹ ਅਲਮਾਰੀ ਆ ਗਈ ਓਪਨ ਇਹ ਦੇਖੋ ਖੈਰ ਚਲੋ ਉਹ ਤੇ ਮਿੱਟੀ ਦੇ ਢੇਰ ਲੱਗਨੇ ਸ਼ੁਰੂ ਹੋ ਗਏ ਨਾ ਜਿਹੜੇ ਉਹ ਫਿਰ ਡਿੱਗਦੇ ਰਹਿੰਦੇ ਨਾ ਹਾਂ ਤੇ ਇਹ ਦੇਖੋ ਇਹ ਮੰਜੀ ਜੀ ਇਹ ਵਾਹਨ ਹੈਗਾ ਜੀ ਵਾਹਨ ਕਿੱਥੇ ਗਏ ਲੋਕ ਜੀ ਹੈ ਬਸ ਵਕਤ ਹੈ ਨਾ पुराने ताले लगे उस हिंदू फैमिली जिन्होंने पता से अहीं वापस आ जाना ए ताले देखो ओही पुराना पेटी नूं ताला ला गए सन ते जरूरी समान लै गए सन लेकिन ए फिर जरा ना यदि चाबी नहीं सी ते ओ फिर ये आज भी ताला इस पेटी नहीं लगे गो के ये हुण कुंडे टुटे ने पेटी दे कुंडे टुटे ने ते फिर खोल सकती है आए हाय हाय वाह जी वाह देखो जी क्या खूबसूरत कुंडे ने अज तुहानू यूनीक चीज़ा दिखा रहा वा मैं चनियोड़ दे हवेली है मेन बाजार च बहुत ही अमीर हिंदू फैमिली सी तिजोरियां बनिया ने हाँ जी कमरे ही कमरे ने देखो एक कमरे चो निकल जाओ दूसरे च वड़ जाओ लेकिन यह हवेली हम जी काबिल इस्तेमाल नहीं और ये बिल्कुल आहिस्ता आहिस्ता खंडर बन रही है ए देखो घड़ा रखने वास्ते कड़वंज कड़वंजी आते सन ए चैनक आए हाय हाय वाह जी वाह देखो ना जो जो चीज़ा इतने पानू वहाली जाना ए तिजोरिया मिट्टी ना भरिया ने इस टाइम तो यह पुराने बटन लगे ने उस तौर पर स्विच है देखो ओहो स्पेशल किस्म के बटन जी ए देखो बिजली इस्तेमाल करते रहे एडे कोई रिच लोग सन ए बैक साइड से सेहन आ देखो ना बहुत वड्डी महल नवा जी ना हवेली है हवेली है छोटी हवेली कपड़े टंगन वास्ते पुरानी लगी हैं किलियां हैंगर नुमा आ गए ना काफी एक किलियां पहले होंदियां हैं ਕਿਲੀਆਂ ਵਾਕਈ ਬਾਈ ਯਾਦਾਂ ਰਹਿ ਗਈਆਂ ਭਾ ਪਤਾ ਨਹੀਂ ਕਿੰਨੇ ਲੋਕ ਇੱਥੇ ਰਹਿ ਚੁੱਕੇ ਨੇ ਉਸ ਤੋਂ ਬਾਅਦ ਹੈ ਵਾਹ ਜੀ ਵਾਹ ਚੁਬਾਰੇ ਬਣਾ ਛੱਡੇ ਨੇ ਉਹਨਾਂ ਨੇ ਹੈ ਉਹ
ਦੇਖੋ ਕਮਰੇ ਹੀ ਕਮਰੇ ਇਧਰ ਵੀ ਬਾਹਰ ਜਾਣ ਨੂੰ ਇਧਰ ਵੀ ਬਾਹਰ ਟੋਇਲਟ ਟਾਈਪ ਆ ਗਿਆ ਛੋਟਾ ਜਿਹਾ ਕਿਤੇ ਆਹੋ ਸਾਰੀ ਬਾਤ ਤੁਸੀਂ ਕਿਹੜੇ ਇੱਥੇ ਮਾਈਆਂ ਜਿਹੜੀ ਉੱਥੇ ਬਹਿ ਕੇ ਬਾਹਰ ਵਾਹ ਜੀ ਵਾਹ ਐ ਜਨਾਬ ਆ ਗਿਆ ਇਹਦਾ ਮੇਨ ਪੈਰਸ ਜਿਹੜਾ ਹੈਗਾ ਅਤੇ ਐ ਉੱਤੇ ਆ ਗਿਆ ਕਮਰੇ ਇਹੋ ਰੋਸ਼ਨਦਾਨ ਅਤੇ ਖਿੜਕੀਆਂ ਹਾਂਜੀ ਵਾਹ ਜੀ ਵਾਹ ਇਹ ਥੱਲੇ ਬਾਜ਼ਾਰ ਕਿਆ ਬਾਤ ਹੈ ਜੀ ਖੂਬਸੂਰਤ ਤਰੀਨ ਜੀ ਆਪਣੇ ਦੌਰ ਦਾ ਭਾਅ ਮੰਦਰ ਲਕਸ਼ਮੀ ਨਾਰਾਇਣ ਮੰਦਰ ਇਹਦੀ ਹੁਣ ਨੈਕਸਟ ਵੀਡੀਓ ਮੈਂ ਪਾਵਾਂਗਾ ਅਤੇ ਇਹ ਬਹੁਤ ਵੱਡਾ ਇਸ ਇਲਾਕੇ ਦਾ ਮੰਦਰ ਹੈਗਾ ਅਤੇ ਇਹ ਜਨਾਬ ਇਹਦੇ ਕੋਲ ਜਿਹੜੀ ਹਵੇਲੀ ਤੁਹਾਨੂੰ ਦਿਖਾਈ ਹੈ ਇਹ ਆਸ ਪਾਸ ਇਹਦੇ ਵੱਡੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਤੁਸੀਂ ਦੇਖ ਰਹੇ ਹੋ ਇਹ ਅੱਜ ਵੀ ਮੌਜੂਦ ਹੈਗੀਆਂ ਨੇ ਅਤੇ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਦਿਖਾਇਆ ਚਨਿਓੜ ਦੀ ਹਵੇਲੀ ਔਰ ਅੰਦਰ ਸਾਰਾ ਸਮਾਨ ਉਮੀਦ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਜ਼ਰੂਰ ਅਤੇ ਬੈਲ ਦਾ ਬਟਨ ਦਬਾ ਲਿਓ ਤਾਂ ਕਿ ਮੇਰੀਆਂ ਹਰ ਵੀਡੀਓ ਤੁਹਾਨੂੰ ਬਾਰ ਵਕਤ ਮਿਲ ਸਕਣ ਅੱਲਾ ਹਾਫਿਜ਼।